ਤੇ ਖਬਰ ਜੁੜੀ ਹੋਈ ਹੈ ਅਮੋਲਕ ਸਿੰਘ ਐਮਐਲਏ ਆਮ ਆਦਮੀ ਪਾਰਟੀ ਜੈਤੋਂ ਤੋਂ ਔਰ ਦੱਸ ਦਈਏ ਕਿ ਅਮੋਲਕ ਸਿੰਘ ਦੇ ਖਿਲਾਫ ਇੱਕ ਪਾਸੇ ਤਾਂ ਡੀਡੀਆਰ ਦਰਜ ਕਰ ਲਈ ਗਈ ਹੈ, ਕਾਰਵਾਈ ਚੰਡੀਗੜ੍ਹ ਪੁਲਿਸ ਵੱਲੋਂ ਜਿਹੜੀ ਆ ਉਹ ਕਰ ਦਿੱਤੀ ਗਈ ਹੈ। ਦੂਜੇ ਪਾਸੇ ਹੁਣ ਸਿਆਸੀ ਤਣਾਅ ਬਣਦਾ ਨਜ਼ਰ ਆ ਰਿਹਾ, ਸਿਆਸੀ ਤਣਾਅ ਕੱਸਦਾ ਜਾ ਰਿਹਾ ਔਰ ਵਿਰੋਧੀ ਪਾਰਟੀਆਂ ਜਿਹੜੀਆਂ ਨੇ ਪੰਜਾਬ ਦੀਆਂ ਉਹ ਲਗਾਤਾਰ ਆਮ ਆਦਮੀ ਪਾਰਟੀ ਉੱਤੇ ਨਿਸ਼ਾਨੇ ਸਾਧਣੀਆਂ ਸ਼ੁਰੂ ਕਰ ਗਈਆਂ ਨੇ। ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਨੂੰ ਲੈ ਕੇ ਜਿੱਥੇ ਅਮੋਲਕ ਸਿੰਘ ਦੀਆਂ ਐਮਐਲਏ ਅਮੋਲਕ ਸਿੰਘ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ, ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰ ਬਿਕਰਮ ਸਿੰਘ ਮਜੀਠੀਆ ਵੱਲੋਂ ਇੱਕ ਟਵੀਟ ਕਰ ਦਿੱਤਾ ਗਿਆ, ਨਾਲ ਉਸ ਵੀਡੀਓ ਦਾ ਹਵਾਲਾ ਦਿੱਤਾ ਗਿਆ ਜਿਸ ਦੇ ਵਿੱਚ ਐਮਐਲਏ ਨਜ਼ਰ ਆ ਰਿਹਾ ਔਰ ਨਾਲ ਦੀ ਨਾਲ ਹੀ ਆਪਣਾ ਜਿਹੜਾ ਟਵੀਟ ਹੈ ਉਹ ਕਰ ਦਿੱਤਾ, ਨਿਸ਼ਾਨਾ ਸਾਧ ਦਿੱਤਾ ਗਿਆ। ਤੁਹਾਨੂੰ ਦੱਸ ਦਈਏ ਕਿ ਵਿਧਾਇਕ ਅਮੋਲਕ ਸਿੰਘ ਜਿਹੜੇ ਜੈਤੋਂ ਤੋਂ ਤਲਕ ਰੱਖਦੇ ਨੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਚੰਡੀਗੜ੍ਹ ਪੁਲਿਸ ਵੱਲੋਂ ਔਰ ਇਹ ਇਲਜ਼ਾਮ ਨੇ ਕਿ ਚੰਡੀਗੜ੍ਹ ਪੁਲਿਸ ਦੇ ਇੱਕ ਟ੍ਰੈਫਿਕ ਮੁਲਾਜ਼ਮ ਦੇ ਨਾਲ ਬਦਸਲੂਕੀ ਅਤੇ ਬਦਤਮੀਜ਼ੀ ਕੀਤੀ ਗਈ ਹੈ। ਖੈਰ ਇਸ ਮਾਮਲੇ ਨੂੰ ਲੈ ਕੇ ਬਿਕਰਮ ਸਿੰਘ ਮਜੀਠੀਆ ਨੇ ਜੋ ਟਵੀਟ ਜਾਰੀ ਕੀਤਾ ਆਓ ਤੁਹਾਨੂੰ ਪੜ੍ਹ ਕੇ ਸੁਣਾਉਂਦੇ ਹਾਂ। ਬਿਕਰਮ ਸਿੰਘ ਮਜੀਠੀਆ ਸਾਫ ਲਿਖਦੇ ਨੇ ਕਿ ਆਮ ਆਦਮੀ ਪਾਰਟੀ ਦਾ ਵਿਧਾਇਕ ਅਮੋਲਕ ਸਿੰਘ ਵੱਲੋਂ ਚੰਡੀਗੜ੍ਹ ਪੁਲਿਸ ਦੇ ਅਧਿਕਾਰੀ ਨਾਲ ਬਦਸਲੂਕੀ, ਕੀ ਇਹ ਬਦਲਾਅ ਦਾ ਵਾਅਦਾ ਕੀਤਾ ਸੀ ਆਮ ਆਦਮੀ ਪਾਰਟੀ ਨੇ? ਇੱਕ ਸਿੰਪਲ ਜਿਹਾ ਸਵਾਲ ਪਰ ਵੱਡਾ ਉਸਦਾ ਮਤਲਬ ਸਾਫ ਨਜ਼ਰ ਆ ਰਿਹਾ ਹੈ ਕਿ ਕੀ ਇਹੀ ਵਾਅਦਾ ਕੀਤਾ ਸੀ ਆਮ ਆਦਮੀ ਪਾਰਟੀ ਨੇ, ਇਸ ਕਿਸਮ ਦਾ ਬਦਲਾਅ ਉਸਦੇ ਉਸ ਪਾਰਟੀ ਦੇ ਐਮਐਲਏਜ਼ ਕਰਨਗੇ? ਕਿਉਂਕਿ ਜ਼ਾਹਿਰ ਤੌਰ ਦੇ ਉੱਤੇ ਇਹ ਗੱਲ ਤਾਂ ਜ਼ਰੂਰ ਆਖੀ ਗਈ ਸੀ ਕਿ ਜਿਹੜੇ ਸਾਡੇ ਵਿਧਾਇਕ ਨੇ ਉਹ ਆਮ ਘਰਾਂ 'ਚੋਂ ਉੱਠੇ ਹੋਏ ਨੇ, ਉਹ ਆਮ ਘਰਾਂ ਦੇ ਲੋਕ ਨੇ ਔਰ ਉਹ ਸਮਝਦੇ ਨੇ ਕਿ ਚੀਜ਼ਾਂ ਕਿਸ ਤਰ੍ਹਾਂ ਚੱਲਦੀਆਂ ਨੇ, ਪਰ ਕੀ ਆਮ ਘਰਾਂ ਦੇ ਵਿਧਾਇਕ ਜਿਹੜੇ ਉੱਠੇ ਲੋਕ ਨੇ ਉਹ ਇਸ ਤਰ੍ਹਾਂ ਗੁੰਡਾਗਰਦੀ ਕਰ ਸਕਦੇ ਨੇ? ਕੀ ਇਸ ਆਮ ਆਦਮੀ ਪਾਰਟੀ ਦੇ ਵਿਧਾਇਕ ਵੱਲੋਂ ਇਹ ਕੀਤਾ ਗਿਆ ਸਹੀ ਸੀ? ਇਸ ਪਿੱਛੇ ਅਸਲ ਕਾਰਨ ਕੀ ਹੈ ਇਹ ਅਜੇ ਜਾਣਨਾ ਰਹਿੰਦਾ, ਕਿਉਂਕਿ ਅਮੋਲਕ ਸਿੰਘ ਵੱਲੋਂ ਇਸ ਤੱਕ ਕੋਈ ਨਿਰਧਾਰਿਤ ਟਿੱਪਣੀ ਨਹੀਂ ਕੀਤੀ ਗਈ। ਇਸ ਕਰਕੇ ਸਾਰਾ ਕੁਝ ਅਸੀਂ ਅਜੇ ਕਿਆਸਰਾਈਆਂ ਦੇ ਵਿੱਚ ਹੀ ਆਉਂਦਾ ਹੈ। ਇਹੀ ਕਿਹਾ ਜਾ ਸਕਦਾ ਹੈ ਕਿ ਫਿਲਹਾਲ ਜੋ ਨਜ਼ਰ ਆ ਰਿਹਾ ਉਸ ਦੇ ਮੁਤਾਬਿਕ ਅਮੋਲਕ ਸਿੰਘ ਵੱਲੋਂ ਸਿੱਧੇ ਤੌਰ ਦੇ ਉੱਤੇ ਉਸ ਮੁਲਾਜ਼ਮ ਦੇ ਨਾਲ ਬਦਸਲੂਕੀ ਨਜ਼ਰ ਆ ਰਹੀ ਹੈ, ਪਰ ਇਸ ਨੂੰ ਲੈ ਕੇ ਅਮੋਲਕ ਸਿੰਘ ਦਾ ਕੀ ਬਿਆਨ ਹੋਵੇਗਾ ਇਹ ਜਾਣਨਾ ਬਹੁਤ ਜ਼ਰੂਰੀ ਹੈ। ਉਹ ਵੀ ਤੁਹਾਡੇ ਸਾਹਮਣੇ ਰੱਖਦੇ ਰਹਾਂਗੇ, ਪਰ ਫਿਲਹਾਲ ਬਿਕਰਮ ਸਿੰਘ ਮਜੀਠੀਆ ਨੇ ਟਵੀਟ ਕਰ ਦਿੱਤਾ ਹੈ ਔਰ ਸਵਾਲ ਚੁੱਕਿਆ ਹੈ ਕਿ ਕੀ ਇਹੋ ਹੀ ਬਦਲਾਅ ਸੀ ਜਿਹੜਾ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ। ਤੁਹਾਡੀ ਇਸ ਬਾਰੇ ਕੀ ਰਾਏ ਆਪਣੇ ਸੁਝਾਅ ਕਮੈਂਟਾਂ ਦੀ ਸੂਰਤ ਵਿੱਚ ਦੇਣਾ ਨਾ ਭੁੱਲਣਾ। ਬਣੇ ਰਹੋ ਵਨ ਇੰਡੀਆ ਪੰਜਾਬੀ ਤੇ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।